जी फिर गुड मॉर्निंग, की हाल चाल ते सारे? उम्मीद है सारे जने अपने घर ठीक होवो ना, बहुत वधिया होवोगे। एक गल साडे सारों दिखा दईए, पहले साडे लिप्स देख सकते हो तुसी प्रॉपर तरीके नाल, मेरे ते बिल्कुल ड्राई होके ब्लैकिश होके उतर रहे, नाले मेरे मत्थे ते देख रहे दाग, आ सारी स्किन उतरनी चालू हो चुकी है जो कि तुसी सारे देख ही रहे हो। ऐ वेखो ऐ वेखो, सारी स्किन उतर रही है। हाँ रिपोर्टर जसमीत भी स्किन दिखाई, जसमीत लिप्स नहीं है इतो की, थोड़ी जो उतरनी चालू है क्योंकि इन्हें हेलमेट पाया। सानू आज दो तीन दिन आए तो हो गया, बट अजे साडी स्किन ठीक नहीं हुई है, स्किन बहुत ज्यादा खराब है, जिन्हें घटो घट 7-8 दिन लगेंगे। ठीक इन्हें भी खराब, मैं दिल्ली गई सी मेरी। चुप कर। ते ना अज दा व्लॉग एदा ना टाइटल तुसी पा लिया होगा, अज दा व्लॉग एदा है पापा सर तो बहुत दिनों तो मांग रहे सी न्यू फोन। पापा ने अजे फोन लिते किन्ना टाइम होया जेड़ा चला रहे, साल होया बस, 2 साल हो गए। ठीक है, 2 साल कितने हो गए? न्यू फोन मैंने नहीं पता, चलो जिन्ने भी हुए ते असि पापा ने कहा थोड़ा टाइम रुक जाओ क्योंकि ना हुन तानू अग्गे अग्गे पता चलेगा साडे बहुत खर्चे सरप्राइज आने वाले बड़े सारे खर्चे आ रहे हो, तानू अगले अगले व्लॉग से ना इदा पता चलूगा। ते असि समझ गए, ठीक है, असि कहता कि कोई नहीं थोड़ा टाइम रुक के लगना, समझ गए। हुन कल तो उन्हां दे फोन नाल की पंगा आ रहा ना, जो उन्हां दी इनकमिंग कॉल आंदी है ना, इनकमिंग कॉल आंदी है वो शो नहीं हुंदी स्क्रीन ते, है ना, वो चक भी नहीं हुंदी, बज बज के कट जांदी आ। ਤੇ ਹੁਣ ਉਹ ਕੱਲ ਤੋਂ ਕਹਿ ਰਹੇ, ਕੱਲ ਉਹਨਾਂ ਨੇ ਸਵੇਰੇ ਮੰਮੀ ਨੂੰ ਕਿਹਾ ਕਿ ਮੈਨੂੰ ਨਵਾਂ ਫੋਨ ਲੈ ਦਿੰਦਾ, ਤੇ ਮੰਮੀ ਨੇ ਨਾ ਮਨਾ ਕਰਤਾ, ਹੁਣ ਉਹਨੇ ਸੁੱਜੇ ਹੋਏ ਆ, ਸਵੇਰ ਤੋਂ ਰੋਟੀ ਨਹੀਂ ਖਾਈ ਉਹਨਾਂ ਨੇ, ਸਾਰੇ ਦਿਨ ਰਾਜ ਬੈਠੇ ਕਿ ਮੈਨੂੰ ਫੋਨ ਅਭੀ ਤੇ ਤਭੀ ਲੈ ਕੇ ਦਿਓ। ਪਹਿਲੇ ਜੀਤ ਨੇ ਸਮਝਾਇਆ ਕਿ ਮੈਂ ਤੁਹਾਡੇ ਬਰਥਡੇ 'ਤੇ ਤੁਹਾਨੂੰ ਨਾ ਉਹ ਕਰ ਦਾਂਗਾ ਗਿਫਟ, ਕਹਿੰਦੇ ਨਹੀਂ ਮੈਨੂੰ ਹੁਣੇ ਹੀ ਚਾਹੀਦਾ, ਜਿੱਦਾਂ ਛੋਟੇ ਬੱਚੇ ਨਾਰਾਜ਼ ਹੁੰਦੇ ਨਾ ਉੱਦਾਂ ਨਾਰਾਜ਼ ਉੱਥੇ ਬੈਠੇ ਹੋਏ ਆ ਕਿ ਮੈਨੂੰ ਹੁਣੇ ਹੀ ਫੋਨ ਲੈ ਦਿਓ। ਤੇ ਅੱਜ ਆਪਾਂ ਡੈਡੀ ਦੀ ਇੱਛਾ ਪੂਰੀ ਕਰਨ ਚੱਲੇ ਹਾਂ, ਜਿਹੜੇ ਆਪਾਂ ਯੂਟਿਊਬ ਤੋਂ ਜਿਹੜੇ ਇੱਕ ਪੈਸੇ ਕਮਾਏ ਆ ਨਾ ਹੁਣ ਤੱਕ, ਤੇ ਉਹਦੇ ਵਿੱਚ ਇਨਵੈਸਟ ਕਰਨ ਚੱਲੇ ਹੁਣ ਡੈਡੀ ਵੱਲ, ਮਤਲਬ ਹਰਜੀ ਦਾ ਵੀ ਰਹੇਗਾ, ਜੀਤ ਔਰ ਹਰਜੀ ਮਿਲ ਕੇ ਲੈ ਕੇ ਦੇ ਰਹੇ, ਆਪਾਂ ਹਰਜੀ ਨਾਲ ਗੱਲ ਕੀਤੀ ਆ, ਸੋ ਹਰਜੀ ਕਹਿੰਦਾ ਕੋਈ ਬਾਤ ਨਹੀਂ ਲੈ ਦਿੰਦੇ ਆ। ਜੀਤ ਨੇ ਵੀ ਕਿਹਾ ਕਿ ਜੀਤ ਕਹਿੰਦੇ ਕਿ ਅਸੀਂ ਜਦੋਂ ਪਹਿਲੇ ਮੰਗਦੇ ਹੁੰਦੇ ਸੀ, ਹੈ ਨਾ, ਜਿਹੜਾ ਵੀ ਫੋਨ ਮੰਗਣਾ ਪਾਪਾ ਨੇ ਲਾ ਦੇਣਾ, ਸੋ ਹੁਣ ਸਾਡੀ ਵਾਰੀ ਆ, ਸਾਨੂੰ ਮਨਾ ਨਹੀਂ ਕਰਨਾ ਚਾਹੀਦਾ, ਸੋ ਅਸੀਂ ਹਰਜੀ ਨਾਲ ਵੀ ਡਿਸਕਸ ਕੀਤਾ, ਉਹਨੇ ਕਿਹਾ ਲੈ ਦਿਓ। ਸਹੀ ਗੱਲ ਹੈ, ਮੈਂ ਆਪਣੇ ਟਾਈਮ 'ਚ 70,000 80,000 ਤੱਕ ਦਾ ਫੋਨ ਵੀ ਮੰਗਿਆ, ਉਹਨਾਂ ਨੇ ਨਾ ਨਹੀਂ ਕੀਤੀ, ਲੈ ਕੇ ਦਿੱਤਾ, ਹੈ ਨਾ ਮੰਮਾ। ਮੈਂ 1,00,000 ਰੁਪਏ ਦਾ ਸਕੂਟਰ ਵੀ ਲਿੱਤਾ ਸੀ, ਸਕੂਟਰ ਵੀ ਲੈ ਕੇ ਦਿੱਤਾ ਸੀ। ਮੰਮੀ ਕੋਲੋਂ ਵੀ ਸੁੱਜੇ ਹੋਇਆ ਕਿ ਮੰਮੀ ਨੇ ਮਨਾ ਕਰਤਾ ਫੋਨ ਨਹੀਂ ਲੈਣਾ, ਸਾਡੇ ਤੋਂ ਤਾਂ ਨਹੀਂ ਸੁੱਜੇ ਹੋਏ, ਪਰ ਰੋਟੀ ਨਹੀਂ ਖਾ ਰਹੇ, ਸਵੇਰ ਦੀ ਰੋਟੀ ਨਹੀਂ ਖਾਈ ਉਹਨਾਂ ਨੇ। ਸੋ ਹੁਣ ਜੀਤ ਔਰ ਮੈਂ ਚੱਲਿਆ, ਉਹਨਾਂ ਦਾ ਪੁਰਾਣਾ ਫੋਨ ਆਪਾਂ ਦੇਣਾ, ਉਹਨਾਂ ਨੇ ਰੱਖਣਾ ਨਹੀਂ ਆ, ਪਰ ਹੁਣ ਪਾਪਾ ਨੂੰ ਅਸੀਂ ਐਪ ਬੋਲ ਕੇ ਜਾਵਾਂਗੇ ਕਿ ਆਪਣਾ ਫੋਨ ਦੇ ਦਿਓ, ਅਸੀਂ ਪਤਾ ਕਰਕੇ ਆਉਂਦੇ ਹਾਂ ਇਹਦਾ ਵੀ ਅਤੇ ਨਵੇਂ ਦਾ ਵੀ, ਪਰ ਅਸੀਂ ਸਿੱਧਾ ਲੈ ਕੇ ਆਵਾਂਗੇ, ਉਹ ਰਹੇਗਾ ਪਾਪਾ ਲਈ ਸਰਪ੍ਰਾਈਜ਼। ਠੀਕ ਹੈ, ਚਲੀਏ ਮੰਮੀ, ਤੁਸੀਂ ਜਾਣਾ, ਤੁਸੀਂ ਘਰ ਬੈਠੋ, ਮਾਸਕ ਅਸੀਂ ਕਹਿ ਕੇ ਆ ਜਾਵਾਂਗੇ ਕਿ ਅਸੀਂ ਪਤਾ ਕਰਨ ਜਾਣਾ, ਹਾਂ, ਲੇਕਿਨ ਅਸੀਂ ਲੈ ਕੇ ਤੇ ਪੈਸਾ ਨਹੀਂ ਉਤਾਰਿਆ। ਮੈਂ ਯੂਨੀਵਰਸਿਟੀ ਦਾ ਨਾ 20 ਗਿਰ ਗਿਆ ਸੀ, ਮੈਂ ਪੁੱਠਾ ਲਾਤਾ ਸੀਗਾ, ਹੁਣ ਜਸਮੀਤ ਨੇ ਸਿੱਧਾ ਕੀਤਾ, ਤੇ ਆਪਾਂ ਲਾਏ ਨਹੀਂ ਕਿਉਂਕਿ ਸੋਹਣੇ ਲੱਗਦੇ ਪਏ ਨੇ ਹਲੇ, ਥੋੜੀ ਬੋਲ ਨਾਲ ਭਰੀ ਭਰੀ ਸੋਹਣੇ ਲੱਗਦੇ, ਵੀ ਆਪਾਂ ਇਹੀ ਰੰਗ ਬਿਰੰਗੇ ਕਲਰਸ ਦੇ ਲਗਾਏ ਸੀਗੇ, ਜਦੋਂ ਆਪਣੀ ਯੂਨੀਵਰਸਿਟੀ ਵਿੱਚ ਬਹੁਤ ਸੋਹਣਾ ਸਰਪ੍ਰਾਈਜ਼ ਮਿਲਿਆ ਸਾਨੂੰ ਵਾਪਸੀ ਤੇ, ਸੋ ਅਸੀਂ ਉਹਨੇ ਟ੍ਰਿਪ ਨੂੰ ਕੁਝ ਨਹੀਂ ਕੀਤਾ, ਉਹ ਆਪਾਂ ਹੁਣ ਕਰਾਂਗੇ, ਬਹੁਤ ਹੋਏ ਸੀਗੇ, ਸੋ ਅਸੀਂ ਸਾਰਾ ਦਿਨ ਰੈਸਟ ਕੀਤਾ, ਇਸ ਵਾਰ ਲੱਗ ਹੀ ਨਹੀਂ ਰਿਹਾ ਸੀ ਸਾਡੀ ਯੂਨੀਵਰਸਿਟੀ ਆ, ਬਿਲਕੁਲ ਸਿੰਪਲ ਜਿਹਾ ਦਿਨ ਨਿਕਲਿਆ ਸਾਡਾ, ਘਰ ਰਹਿ ਰਹਿ ਕੇ ਬਸ। ਹਾਂਜੀ ਜਾਣਾ ਤੁਸੀਂ ਜਾਂ ਆਪਾਂ ਜਾਈਏ? ਚਲੋ ਠੀਕ ਹੈ। ਸੂਜਨ ਸਿੰਘ ਕੇ ਲਈ ਫੋਨ ਲਿਖਿਆ, ਸੂਜਨ ਸਿੰਘ ਸਾਡੇ ਸੂਜਨ ਸਿੰਘ, ਚਲੋ ਠੀਕ ਹੈ, ਜਿਵੇਂ ਛੋਟੇ ਨਾਮ ਨਹੀਂ ਛੱਡਣਾ ਚਾਹੀਦਾ, ਫੇਕ ਰੱਖਣਾ ਚਾਹੀਦਾ ਜੀ, ਸੂਜਨ ਸਿੰਘ ਨਾਲ ਜਿਵੇਂ ਛੋਟੇ ਬੱਚੇ ਸੁੱਜ ਨਹੀਂ ਜਾਂਦੇ ਕਿ ਸਾਨੂੰ ਉਹ ਵੀ ਤੇ ਉਹ ਵੀ ਚੀਜ਼ ਲੈ ਕੇ ਦਿੰਦਾ ਸੁੱਜੇ ਹੋਏ, ਹੁਣ ਅਸੀਂ ਉਹਨਾਂ ਲਈ ਸਰਪ੍ਰਾਈਜ਼ ਪਲਾਨ ਕਰਨ ਜਾ ਰਹੇ ਹਾਂ। ਬਸ ਉਹਨਾਂ ਦੇ ਰਿਐਕਸ਼ਨ ਤਾਂ ਠੰਡੇ ਹੀ ਦੇਣੇ ਆ, ਉਹਨਾਂ ਨੇ ਰਿਐਕਸ਼ਨ ਨਹੀਂ ਦਿੰਦੇ ਹੁੰਦੇ ਇੰਨੇ ਕੁਝ, ਨਹੀਂ ਦੇਣਗੇ ਦੇਣਗੇ ਅੱਜ, ਅਗਰ ਫੋਨ ਦੇ ਉੱਤੇ ਦੇਣਗੇ ਲੱਗਦਾ। ਤੇ ਮੇਰਾ ਪੈਰ ਦੀ ਹਾਲਤ ਇਸ ਟਾਈਮ ਐ ਆ, ਤੇ ਮੈਨੂੰ ਮੇਰੇ ਫਰੈਂਡ ਨੇ ਬੋਲਿਆ ਇਹਨੂੰ ਤਾਂ ਫਾੜ ਦੇ ਕਿ ਤਰੀਕੇ, ਮੈਂ ਆ ਕੇ ਉਹਨੇ 'ਚ ਪਿੰਨ ਮਾਰ ਕੇ, ਪਿੰਨ ਨਹੀਂ ਲੱਕੜ ਵਾਲੀ ਮਾਰੂੰਗਾ, ਕੀ ਹੁੰਦੀ ਹੈ ਤੁਤਪਿਕ ਪਾ ਕੇ ਇਹਨੂੰ ਫਾੜ ਦੂੰਗਾ, ਦੇਖ ਸਕਦੇ ਹੋ ਕਿੱਦਾਂ ਲੱਗ ਰੈਡਨੈਸ ਹੋ ਰੱਖੀ ਆ। ਹਾਂਜੀ ਫਿਰ ਪਾਪਾ ਤੋਂ ਫੋਨ ਲੈ ਕੇ ਆਪਾਂ ਨਿਕਲ ਗਏ ਹਾਂ, ਐ ਰਿਹਾ ਪਾਪਾ ਕਹਿੰਦੇ ਕਿੱਥੇ ਚੱਲੇ ਹੋ, ਤੇ ਅਸੀਂ ਕਿਹਾ ਕੁਛ ਨਹੀਂ ਤੁਹਾਡਾ ਫੋਨ ਦਿਖਾ ਕੇ ਆਏ, ਪਤਾ ਕਰਕੇ ਆਏ, ਤੇ ਨਵਾਂ ਵੀ ਮੈਂ ਕਿਹਾ ਤੁਸੀਂ ਕਿਹੜਾ ਲੈਣਾ ਆ, ਕਹਿੰਦੇ ਆ ਵਾਲਾ, ਉਹਨਾਂ ਨੇ ਲੈਣਾ ਵਨ ਪਲੱਸ ਨੋਟ 2 ਸ਼ਾਇਦ, ਹਾਂ ਹੈ ਨਾ, ਇਦਾਂ ਦਾ ਹੀ ਆ ਕੁਛ, ਉਹ ਲੈਣਾ ਕਹਿੰਦੇ, ਤੇ ਇਹ ਸੇੜ ਦਾ ਤੇ ਰੋਲਾ ਇਸੀ ਨੰਬਰ ਦਾ ਪਾਇਆ ਹੋਇਆ, ਸਵੇਰ ਦੀ ਰੋਟੀ ਨਹੀਂ ਖਾਧੀ, ਹੁਣ ਫਿਰ ਗੱਲ ਕਰ ਰਹੇ ਸੀਗੇ, ਮੈਨੂੰ ਕਹਿੰਦੇ ਤੂੰ ਮੁਲਤਾਨੀ ਮਿੱਟੀ ਦਾ ਪੈਕ ਲੈ ਆਈ, ਉੱਥੋਂ ਮਿਲ ਜਾਏਗਾ, ਮੈਂ ਕਿਹਾ ਠੀਕ ਹੈ, ਮੂੰਹ ਤੇ ਲਾ ਲਈ ਕਹਿੰਦੇ, ਮੈਂ ਕਿਹਾ ਠੀਕ ਹੈ, ਫਿਰ ਅਸੀਂ ਉਹਨਾਂ ਦੇ ਫੋਨ ਦਾ ਡੱਬਾ ਵੀ ਚੱਕ ਲਿਆ, ਚਾਰਜਰ ਵੀ ਚੱਕ ਲਿਆ, ਫੋਨ ਵੀ ਲੈ ਲਿਆ, ਛੁਪਾ ਕੇ ਚੱਕਿਆ, ਹਾਂ, ਸੋ ਮੈਂ ਕਿਹਾ ਅਸੀਂ ਆਏ ਪਤਾ ਕਰਕੇ, ਤੇ ਤੁਸੀਂ ਬੈਠੋ, ਮੈਂ ਕਿਹਾ ਨਵਾਂ ਕਿਹੜਾ ਲੈਣਾ ਦੱਸ ਦਿਓ, ਇੱਕ ਵਾਰ ਹੋਲਸੇਲ ਵਾਲੇ ਤੋਂ ਉਹਦਾ ਵੀ ਰੇਟ ਪਤਾ ਕਰ ਦਿਆਂਗੇ, ਜਲੰਧਰ 'ਚ ਹੋਲਸੇਲ ਵਾਲਾ ਵੀ ਹੈ ਫੋਨਾਂ ਦਾ ਨਾ,
सही रेट ला दिंदा ते ऐप आ सेल करना पापा दा क्योंकि उन्होंने यूज ते करना नहीं तो ऐ सेल करके उस तो बाद जिहड़े पैसे बचेंगे ओ हरजी और जीत जो है मिलके करके पापा नूं आपां फोन गिफ्ट कर देना एक तरह दा समझ लो अगस्त च पापा दा बर्थडे आ पापा नूं पहले गिफ्ट देता सी बर्थडे दा असीं सोचा सी बर्थडे दे देवांगे पर पापा कोलो वेट नहीं हो रहा भी उन्होंने हुणे ही नवा लैणा सो असीं कहा चलो हुणे ही दे दिंदे आ फिर आप जा रहे पहले जावे पुराने फोन ली उस एक जगह तो ही लैने एक जगह तो ही भी गल कर लेंगे नवे वाले की भी गल कर लेंगे मोबाइल वर्ल्ड इथे सानू मिलेंगे नितिन भाजी है ना नितिन भाई तो आप लेते थे हरजी के एयरपोर्ट चलते हैं दुकान अंदर ही भाई ने नवा शोरूम बना लिया चक पापा लिख तो असी ऐप पसंद किया उन्होंने वन प्लस चाहिदा सी ए कलर भी डिफरेंट आ एक भाजी होर कलर कड रहे वह भी देख लैंदे वो कहिंदे वह भी ब्लू बहुत सोहना है डिफरेंट है सो फोन तो असी आई लेना पापा ने वन प्लस ही चाहिए उन्होंने ए बड़ा नोट सी ई टू सो पापा लिए असी फोन ले लिया यही वाला नोट वन प्लस नोट कलर लिखता है जो कि सब तो डिफरेंट है नोट सी ई टू अठ जी बी रैम 128 GB ए सानू पिया नितिन भाई दस ऑन कॉल नितिन भाई नंबर दस दो जलंधर च जो भी रहा है किसी ने भी फोन बाय करना है भाजी को मतलब रेट भी एकदम जेन्युइन तो तुसी इत्थे आके बाय कर सकते हो सो असी बाय किया आ वाला वन प्लस पापा लिए पुराना देता आ रहा हूँ कर रहा डाटा ट्रांसफर ते भाई दा कार्ड अच्छा कार्ड स्क्रीन शॉट लाके सारे नंबर नोट कर लो ठीक सो फाइनली पापा लिए असी फोन बाय कर लिया है जीत जो थैंक यू वादू शौक पूरे कराए ने बच्चे का भी फट जाए बच्चे जो कमान लग जाए मां प्यो शौक पूरे कराने रोटी खान गे पापा नू फोन दवान दी खुशी च बाहर चल पई है नेरी आज मौसम भी खुश हो गया है लकी पाजी नू नवा फोन मिला फाटक बंद मिलिया सानू ट्रेन निकलेगी फिर आप जाने ते देख रहे पापा की रिएक्शन देंदे ठंडे ही देंदे या खुश होंदे वैसे पुछणगे सारा कुछ किन्ने दा आया किन्ने जीबी रैम किन्ने जीबी दा आया वो सब पुछणगे चल मन जान गए बर्थडे दे कोल इन्हां नूं लै दांगे नहीं मन्ने असी दोनों ने बड़े प्यार नाल मनाया पर चलो कोई गल नहीं पापा आए अनशन ते बैठे सीगे मैनूं कुछ कुछ हो रिहा सी मैं क्या जीत रोटी खाई होना ऐ ऐ मेरे को लाई कहंदी मैनूं तो पता भी नहीं सी चेक करा के आए ने आके कहंदी पापा ने एवें एवें रोटी नहीं खादी ते एवें मैं कहा चल कोई नहीं मैं हुणे मैं गल करदा
ਮੈਂ ਕਿਹਾ ਡੈਡੀ ਕੋਲ ਮੈਂ ਡੈਡੀ ਨੂੰ ਪੁੱਛਿਆ ਮੈਂ ਕਿਹਾ ਡੈਡੀ ਕੀ ਹੋਇਆ ਡੈਡੀ ਕਹਿੰਦੇ ਆ ਰਿਹਾ ਚੌਂਦਾ ਨਹੀਂ ਪਿਆ ਹੋਇਆ ਮੈਂ ਕਿਹਾ ਇਹਨੂੰ ਰਿਪੇਅਰ ਕਰਾਉਣਾ ਉਹ ਨਹੀਂ ਯਾਰ ਉਹਨੇ ਰਿਪੇਅਰ ਨਹੀਂ ਕਰਾਉਣਾ ਮੈਂ ਨਹੀਂ ਮਤਲਬ ਫਿਰ ਮੈਂ ਕਿਹਾ ਫਿਰ ਆਪਾਂ ਦੋਨੋਂ ਹੋਏ ਕਿ ਇਹਨਾਂ ਨੇ ਮੰਮੀ ਇਦਾਂ ਆ ਮੰਮੀ ਨੂੰ ਬੋਲਿਆ ਉਹਨਾਂ ਨੇ ਪਹਿਲੇ ਮੰਮੀ ਨੂੰ ਮਤਲਬ ਕੋਈ ਵੀ ਦਿੱਕਤ ਹੁੰਦੀ ਹੈ ਨਾ ਸਾਨੂੰ ਨਹੀਂ ਕੁਝ ਕਹਿੰਦੇ ਮੰਮੀ ਨਾਲ ਲੜ ਪੈਂਦੇ ਆ ਰੋ ਨਹੀਂ ਰਹੀ ਸੀ ਕੋਈ ਬੂ ਨਹੀਂ ਫਲਾਇਆ ਰੁੱਸ ਗਈ ਸੀ ਰੁੱਸ ਗਈ ਸੀ ਬਸ ਜਿੱਦਾਂ ਛੋਟਾ ਬੱਚਾ ਰੁੱਸ ਜਾਂਦਾ ਨਾ ਮੈਨੂੰ ਐ ਚੀਜ਼ ਚਾਹੀਦੀ ਆ ਬਸ ਉਦਾਂ ਹੀ ਰੁੱਸ ਗਏ ਸੀਗੇ फिर हरजी बर्थडे बिजी हो गए फिर मम्मी दिल्ली चली गई मम्मी आई असि चले गए हूं असि आए असि थोड़ा जा बिजी चल रहे क्योंकि हले भी आप बिजी है मेरे सामने हले भी ਹਲੇ ਵੀ ਨਹੀਂ ਜਾਂਦੇ ਆਪਾਂ ਘਰੇ ਐਕਸਰਸਾਈਜ਼ ਕਰ ਲੈਨੇ ਆ ਕਿਉਂਕਿ ਥੋੜਾ ਜਿਹਾ ਸਰੀਰ ਸੈੱਟ ਕਰਨ ਚ ਟਾਈਮ ਲੱਗਣਾ ਸਕਿਨ ਵਗੈਰਾ ਸੈੱਟ ਕਰਨ ਚ ਉਸ ਤੋਂ ਬਾਅਦ ਫੇ ਆਪਾਂ ਕੰਟੀਨਿਊ ਅਜੇ ਵੀ ਜਾ ਸਕਦੇ ਥੋੜੇ ਦਿਨਾਂ ਬਾਅਦ ਫੇਰ ਸਾਡਾ ਹੀ ਕੰਮ ਨਿਕਲ ਆਣਾ ਕੰਮ ਕੀ ਮੈਂ ਤੁਹਾਨੂੰ ਇੰਨਾ ਦੱਸ ਦਿਆਂ ਆਪਾਂ ਦਿੱਲੀ ਜਾਣਾ ਤੇ ਬਹੁਤ ਤਗੜਾ ਸਰਪ੍ਰਾਈਜ਼ ਸਾਡੇ ਸਾਲੀ ਸਾਡੇ ਲਈ ਵੀ ਆਊਗਾ ਤੁਹਾਡੇ ਸਾਰੇ ਲਈ ਵੀ ਸਰਪ੍ਰਾਈਜ਼ ਆ ਇਸ ਕਰਕੇ ਅਸੀਂ ਫੇਰ ਨਹੀਂ ਜਿਮ ਜੁਆਇਨ ਕਰ ਸਕਦੇ ਹੁਣ ਆਪਾਂ ਦਿੱਲੀੋਂ ਆ ਕੇ ਇੱਕ ਵਾਰੀ ਵਿਲੇ ਵਿਲੇ ਹੋ ਕੇ ਫੇਰ ਜਿਮ ਜਾਵਾਂਗੇ दूर ट्रिप सी मतलब काफी दिन वाला ट्रिप 10-15 दिन वाला ट्रिप आप मारना सी शॉर्ट च मारे 6-7 दिन जाना टाइम लिया बट आप छेती आ गए चलो जी लड्डू ओ की कर रही है पटीला क्या अनशन तोड़ो अपना भूख हड़ताल पापा सुबह से रोटी नहीं खाई भूख हड़ताल तोड़ो अपनी भूख हड़ताल दादू तेरे रुस्से होया सवेर दे तेरे कुछ पता भी है आगी क्या की कहती मैं की क्या हाँ मैं की क्या और देख दादू रुस्से होया सवेर दे डिफरेंट कलर लिया दसो सेकंड हैंड मिले पापा सेकंड हैंड लगता तानू नवा पीस लाके आया न्यू फोन ਜਿਹੜਾ ਤੁਸੀਂ ਗਿਆ ਸੀ ਉਸ ਤੋਂ ਵੀ ਤਿੰਨ ਮਾਡਲ ਉੱਪਰ ਆਇਆ ਹੈ ਕਿੰਨੇ ਦਾ ਜਿੰਨੇ ਦਾ ਮਰਜ਼ੀ ਹੋਵੇ ਪਹਿਲੇ ਔਨ ਕਰੋ ਉਸ ਕੋ ਘਰ ਵਾਲੀ ਨੂੰ ਤੇ ਦੇਖੋ ਆਨੇ ਡਾਂ ਡਾਂ ਕੇ ਤੇ ਭਜਾਈ ਜਾਂਦੇ ਪਏ ਹਾਂ ਅਨਸ਼ਨ ਤੇ ਬੈਠੇ ਸਵੇਰ ਦੇ ਭੁੱਖ ਹੜਤਾਲ ਪਾ ਕੇ ਦਿੱਤਾ ਉਹਨੇ ਸਭ ਕੁਝ ਕਰਾ ਕੇ ਲਿਆਇਆ ਪਾਪਾ ਜਿਹੜਾ ਤੁਸੀਂ ਪਸੰਦ ਕੀਤਾ ਸੀ ਨਾ ਉਹ ਲਾਈਟ ਫੋਨ ਸੀਗਾ ਉਹ ਐ ਉਸ ਤੋਂ ਤੇ ਉਹੀ ਵਾਲਾ ਉਹ ਹੈ ਲੇਕਿਨ ਮਤਲਬ ਜਿਆਦਾ ਫੰਕਸ਼ਨ ਖਾਇਆ ਨਹੀਂ ਤੁਸੀਂ ਝੂਠੇ ਕਿੱਥੇ ਲੈ ਚੱਲੀ ਸਵੇਰ ਦਾ ਕੁਝ ਖਾਦਾ ਨਹੀਂ ਆ ਸਵੇਰ ਦੀ ਰੋਟੀ ਵਾਰੀ ਖਾ ਕੇ ਅਨਸ਼ਨ ਤੇ ਬੈਠੇ ਆ ਸਵੇਰ ਦੀ ਰੋਟੀ ਖਾਦੀ ਆ ਬਸ ਹੋਰ ਰੋਟੀਆਂ ਬਾਅਦ ਸੇ ਭੁੱਖ ਹੜਤਾਲ ਨੂੰ ਤੋੜਨਗੇ ਹੁਣ ਹਾਂ ਆ ਗਿਆ ਫੋਨ ਤੁਹਾਡਾ ਓਕੇ ਕਰੋ ਕ੍ਰੋਸ ਕਰੋ ਉਸ ਕੋ ਅਸੀਂ ਫੋਟੋ ਵੀ ਖਿੱਚ ਕੇ ਲਿਆਇਆ ਆ ਦੇਖੋ ਅੱਛਾ ਆ ਦੇਖੋ ਹਾਂ ਮੰਮੀ ਇਹ ਲੈ ਕੇ ਆਇਆ 8GB ਮੈਮਰੀ 8GB RAM और 128GB मेमोरी पहला फोन ਤੁਹਾਡਾ 4GB ਸਭ ਤੋਂ ਉੱਪਰ ਦਾ 8GB RAM ਸਾਰਾ ਕੁਝ ਥੱਲੇ ਸਿੱਟ ਕੋਈ ਨਹੀਂ ਇਹ ਟੌਪ ਮਾਡਲ ਹੈਗਾ ਹਾਂ ਔਰ ਇਹ ਇਹਦਾ ਚਾਰਜਰ ਇਹਦੇ ਚਾਰਜਰ ਨਾਲ ਇਹਨੂੰ ਚਾਰਜ ਕਰਨਾ ਹੈ ਹੋਰ ਕਿਸੇ ਹੋਰ ਨਾਲ ਨਹੀਂ ਕਰਨਾ ਕੱਢ ਲਿਓ ਇਹਨੂੰ
ਜਿੰਨੇ ਮਰਜ਼ੀ ਦਾ ਗਿਆ ਤੁਸੀਂ ਅੰਬ ਲੈਣੇ ਹਨ ਪਤਾ ਚੱਲੇ 7500 ਦਾ ਗਿਆ ਉਹ ਸਾਡੀ ਫੋਟੋ ਵੇਖੋ ਕਿੰਨੀ ਸੋਹਣੀ ਆਈ ਸੀ ਵੇਖੋ दादू ने अंशन तोड़ दिया एक मिनट पहले मैं शूट कर ला पहले मैं शूट कर ला इथे डैडी ने अंशन तोड़ता मम्मी अपने लागे बटा गए होगी गलबात सुलह होगी दोनों हां हां तू भी कहना ओ वेखो एक मिनट अरे वो भी की कर रहे चलो 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 खाओ खाओ डैडी का अंशन टूट गया फाइनली भूख हड़ताल खत्म ते आज पापा नु न्यू फोन मिलन दी खुशी च जीत सिंह जी बना रहे ने मैंगो शेक आज अपन मैंगो ले कैसे जो निकले खट्टे खट्टे नहीं थे स्वाद दी कोई स्वाद फिर सोचा मैंगो शेक ही बना लिए हैं ये क्या चेक कर रहे हो दिस इज महाराज मलबाल दवा पाके ये नवा स्टाइल है मैंगो शेक बनाने का रोटी खाने लगे हैं रात को 11:15 बजे क्योंकि हुणे हुणे काम तो आया है इधर काम लेट होता है छज्जी खरबूजा भी खाना है ठीक है हेलो मैंगो शेक भी पीना अपन चीनी भी ऐड करेंगे हाँ ज्यादा मीठा नहीं ओके सारे पीन लग भी गए हां ओए सारे पीन लग गया मैं तो आधा ग्लास पी भी लिया कैसा बना डैडी कह रहे पार्ट टाइम तू की काम कर ला शेफ दा कोर्स कर ला शेफ दा कोर्स कर ला क्यों बाहर भेजिए तू बाहर भेजना मेनू क्या स्वाद बनाना वधिया बनाना मीठा पूरा पूरा पाऊंगा अच्छा ऐश रूट अब तू कह नहीं सकती कि मैं तेनू कुछ बना के नहीं पिलाया पिला नेरे च दिखा नहीं सकते मम्मी अंदर पी रही है नाच सो रही बस एक चीज बनाती कह नहीं सकती लेकिन ओके वेलकम फोन की खुशी कुछ कहना चाहोगे मैं की कहना एदा के एदा फोन ही नहीं आया मैं कुछ नवे फोन दे अच्छा है भी होता नहीं मैंने करना था नवे चेक करने के लिए आपने तो मुस्कान की थी एक नहीं नहीं के इधर बताओ कि नवा फोन ले लो नवी गड्डी ले लो किते जान दा टाइम ही नहीं मिलदा फिर ओदे मिलदा ना के एदा फोन आंदा हां करो के नु तो अगला बीजी हुंदा करदा हुणी करदा ए बड़ा हुंदा जदों नवा फोन लो ना ਫੋਨ ਆਦੇ ਕੀਤੀ ਤਾਂ ਕਿ ਆਪ ਚਲਾ ਕੇ ਵੇਖੀ ਸਹੀ ਆਵਾਜ਼ ਵੀ ਸੁਣੀ ਹੈ ਸਹੀ ਮਾਈ ਡੀਅਰ ਸਬਸਕ੍ਰਾਈਬਰ ਮੈਨੂੰ ਹੀ ਫੋਨ ਕਰ ਲਓ ਯਾਰ ਨੰਬਰ ਤੇ ਸਾਰਿਆਂ ਦਾ ਹਲੋ ਕੋਈ ਕਰ ਲਓ ਇੰਨੇ ਫੋਨ ਕਰੋ ਪਰੇਸ਼ਾਨ ਹੋ ਜਾਣਾ ਹੈ ਕੱਲ ਨੂੰ ਪਿੱਛੇ ਜਾ ਕੇ ਮੇ ਫੋਨ ਤੇ ਫੋਨ ਆਈ ਗਾ ਲੇਕਿਨ ਅੱਜ ਇਹਨਾਂ ਨੇ ਮੰਮੀ ਨੂੰ ਬਹੁਤ ਸਤਾਇਆ ਬਈ ਇਹ ਬੰਦੇ ਨੇ ਮੰਮੀ ਸਤਾਇਆ ਨਾ ਸਤਾਇਆ ਨਾ ਅੱਜ ਬਹੁਤ ਸਤਾਇਆ ਬਈ ਮੈਂ ਪਾਪਾ ਨੇ ਬਹੁਤ ਜ਼ਿਆਦਾ ਅੱਜ ਮੰਮੀ ਨੂੰ ਸਤਾਇਆ ਇਹਨਾਂ ਦੀ ਵੀ ਮਾਂ ਹੈ ਦਵਾਈ ਲੈਣ ਮੈਂ ਜਾਵਾਂ ਸਬਜ਼ੀ ਲੈਣ ਮੈਂ ਜਾਵਾਂ ਉਹ ਦੇਖੋ ਸਭ ਭਰੇ ਗਾ ਉਹ ਸਭ ਸਟicker ਲਗਾ ਕੇ ਗੱਡੀ ਦੀ ਟਰਾਈ ਲੈਣ ਗਏ ਭਗਵਾੜੇ ਨਿਕਲ ਜਾਂਦੇ ਇੱਕ ਮੇਰੀ ਗੱਲ ਸੁਣੋ ਉਹ ਸਭ ਇੱਕ ਪਾਸੇ ਬਣਾਇਆ ਦੱਸੋ ਕੁੜੀ ਵਧੀਆ ਨਹੀਂ ਕਰ ਮੇਰੀ ਗੱਲ ਸੁਣੋ ਕੁੜੀ ਕਹਿੰਦੀ ਡੈਡੀ ਇੱਕ ਬੜਾ ਗੱਲ ਕਿੱਥੇ ਹੋ ਐ ਗੱਲ ਮੇਰੇ ਤੇ ਨਾ ਨਾ ਹੁਣ ਤੁਸੀਂ ਚਲੋ ਚਲੀ ਨਾ 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 ਤੁਸੀਂ ਇਹ ਗੱਲ ਮੇਰੇ ਤੇ ਲਿਆ ਰਹੇ ਹੋ ਸੱਚੀ ਗੱਲ ਦੱਸੋ ਤੁਸੀਂ ਫੋਨ ਲਈ ਨਿਆਣੇ ਬੜੇ ਹੋ ਨਾ ਅੱਜ ਕਿ ਨਹੀਂ ਬਣੇ ਮੈਂ ਕੋਈ ਨਿਆਣਾ ਨਹੀਂ ਰਹਿਣ ਦੋ ਦਸੀ ਜਸਮੀਨ ਤੇ ਬੱਚੇ ਵਾਂਗ ਰੁੱਸੇ ਹੋਏ ਸੀ ਅੱਜ ਰੋਟੀ ਵੀ ਨਹੀਂ ਖਾਈ ਬੜੀ ਜਨਾਨੀ ਨਾ ਜੋ ਮਰਜ਼ੀ ਕਰੇ ਜਨਾਨੀ ਨਾ ਆਏ ਵਿਚਾਰੀ ਰੋਣ ਜੋਗੀ ਕਰਾਤੀ ਅੱਜ ਮੰਮੀ ਇਹਨਾਂ ਨੇ ਆਪਾਂ ਆਏ ਤੇ ਮੰਮੀ ਬਾਹਰ ਬੈਠੀ ਸੀ ਹਨਾ ਕੋਈ ਨਹੀਂ ਫੇਰ ਚੱਲਦਾ ਰਹਿੰਦਾ ਇਹਨਾਂ ਦਾ ਹਸਬੰਡ ਵਾਈਫ ਦਾ ਲਿਆ ਸੀ ਕੋਈ ਗੱਲ ਅਜੇ ਕੁਛ ਵੇਖੋ ਅੰਦਰ ਅੰਦਰ ਹੀ ਹਨ ਨਾ ਉਹ ਸਾਰੀ ਸੈਟਿੰਗ ਆਂਦੀ ਨਾ ਆਵਾ ਫੋਨ ਕੋਈ ਆਂਦਾ ਸੀ ਨਾ ਤੇ ਇਹ ਪਹਿਲੇ ਲੈਂਦਾ ਸੀ ਜਦੋਂ ਇੱਕ ਫੋਨ ਲਿਆ ਸੀ ਮੈਂ ਉਹਦੀਆਂ ਕਿਸ਼ਤਾਂ ਲਾਈਆਂ ਤੇ ਮੈਂ ਉਹਨੂੰ ਦੇਤਾ ਉਹਨੇ ਉਹ ਵੇਚ ਕੇ ਫਿਰ ਆ ਲੈ ਲਿਆ ਹਾਂ ਮੇਰੀ ਕੁਰਬਾਨੀ ਮੈਂ ਤੁਹਾਨੂੰ ਦੱਸਦਾ ਮੈਂ ਪਾਪਾ ਇੱਕ ਮਿੰਟ ਮੈਂ ਦੱਸਦਾ ਪਹਿਲਾਂ ਪਾਪਾ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਨੂੰ ਫੋਨ ਮੈਂ ਲੱਖ ਰੁਪਏ ਦਾ ਵੀ ਫੋਨ ਵੀ ਮੰਗਿਆ ਲੱਖ ਰੁਪਏ ਦਾ ਫੋਨ ਵੀ ਮਿਲਿਆ ਲੱਖ ਰੁਪਏ ਦਾ ਵੈਸਪਾ ਸਕੂਟਰ ਮੰਗਿਆ ਉਹ ਵੀ ਮਿਲਿਆ 20000 ਦਾ ਫੋਨ ਲੈ ਕੇ ਦਿੰਦੇ ਰੋਂਦੇ ਨੇ ਉਹ ਹੈਲੋ ਕੋਈ ਨਹੀਂ ਰੋਇਆ ਮਹਾ ਇਹਨਾਂ ਨੇ ਕਿੰਨੇ ਲਗਾ ਥਾ 20 ਵਾਲਾ ਅਸੀਂ ਲਿਆਏ 25000 ਵਾਲਾ ਸੁਣ ਲਓ ਹੁਣ ਬੋਲੋ ਨਹੀਂ ਹੁਣ ਬੋਲੋ ਜਿਹਦਾ ਕਿਹਾ ਸੀ ਨਾ ਹਾਂ ਤੇ ਜਿਹੜਾ ਸਾਨੂੰ ਪਸੰਦ ਆਇਆ ਆਪਾਂ ਲੈ ਕੇ ਆਏ ਨਾ ਹਾਂ ਬਸ ਹਨਾ ਵੀ
ਔਖੇ ਨਹੀਂ ਹੋਣੇਗਾ ਹੁਣ ਉਹਦੇ ਤੇ ਮੈਂ ਆਪਣੀਆਂ ਵੀਡੀਓ ਬਣਾ ਕੇ ਪਾਵਾਂਗਾ ਪਾਈ ਜੋ ਵੀ ਨਾ ਦੇਖੀ ਆਪੇ ਕਰ ਗਿਆ इन्हां दी साडी ते गलबात एवें चलदी रहनी है लंबी लंबी ते ब्लॉग लंबे तो लंबा हो ही जाना ते उम्मीद है तुहानूं सारे जणां नूं अज दा ब्लॉग अच्छा लगा होएगा ते डैडी दी बचपन वालियां हरकतां अच्छियां लगियां होणगियां लगियां ते चैनल नूं की करे डैडी डैडी चैनल की करे इदां कहिंदा मेरियां बचपन वालियां आदतां जिद्दां है मेरा बापू हुंदा है की करन लग्या ऐ की कीता ऐ कर रहे हो हुण मैं बन गया पक्का पेंडू मैं चलिया चंडीगढ़ धरना ला नहीं तुसी ते डिलीट करा दियां नहीं करना बस सारे फोन खाली कर पा रहे सेव की दिया मार मार अच्छा नहीं जी तुसी अभी इतना डर लाके काट रहे हो हां तुसी साइड डिलीट ही मार दी मैं तुहानू एक गल दसा डैडी दे फोन ते पता नहीं केड़े केड़े ऐप सी पता ही नहीं एक क्लीन मास्टर एक क्लीन है क्लीन ओ पता नहीं केड़ा केड़ा ऐप भरया आया सी ते आपां बोलता हुण तां कोई फोन च फालतू ऐप नहीं भरना ठीक है चल मिलते कल फिर एक नवा ब्लॉग के नाल टिल देन बाय चैनल सब्सक्राइब करना ना भूलना।